ਤੁਸੀਂ ਵੇਖ ਰਹੇ ਹੋ ਚੈਨਲ ਵਹਿੰਦੇ ਦਰਿਆ ਤੇ ਅਸੀਂ ਪਹੁੰਚੇ ਹੋਏ ਹਾਂ ਟਿੱਕਰੀ ਬਾਰਡਰ ਬਹਾਦਰਗੜ੍ਹ ਤੇ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ ਅਸੀਂ ਇਹਨਾਂ ਤੋਂ ਕਿਸਾਨ ਸੰਘਰਸ਼ ਬਾਰੇ ਗੱਲਬਾਤ ਪੁੱਛਦੇ ਹਾਂ। ਹਾਂਜੀ, ਕਿਹੜਾ ਪਿੰਡ ਹੈ ਜੀ? ਸਾਡਾ ਪਿੰਡ ਜੀ ਢਲਵਾਂ ਖੁਰਦ, ਜ਼ਿਲ੍ਹਾ ਫਰੀਦਕੋਟ ਜੀ। ਤੁਹਾਡਾ ਨਾਮ ਕੀ ਹੈ ਜੀ? ਗਮਦੂਰ ਸਿੰਘ ਜੀ। ਕਦੋਂ ਤੋਂ ਤੁਸੀਂ ਇੱਥੇ ਆਏ ਹੋਏ ਹੋ? ਅਸੀਂ ਜੀ ਪਿੰਡ, ਸਾਡਾ ਪਿੰਡ ਢਲਵਾਂ ਖੁਰਦ ਆ ਜੀ। ਅਸੀਂ ਉੱਥੋਂ ਜਿਉਂ ਇਹ ਸ਼ੁਰੂ ਹੋਇਆ ਜੀ ਸੰਘਰਸ਼, ਉਦੋਂ ਤੋਂ ਹੀ ਅਸੀਂ 10 ਬੰਦੇ ਆ ਜਾਂਦੇ ਹਾਂ ਜੀ, 10 ਬੰਦੇ ਵਾਪਸ ਹੋ ਜਾਂਦੇ ਹਾਂ ਜੀ। ਐਂ ਵਾਰੀ ਨਾਲ ਅਸੀਂ ਤੁਰੇ ਆਉਂਦੇ ਹਾਂ ਜੀ, ਕਿਤੇ 20 ਬੰਦੇ ਵੀ ਹੋ ਜਾਂਦੇ ਆ ਜੀ। ਪਿੰਡ ਦਾ ਕੋਈ ਪਿਛਲਾ ਇਤਿਹਾਸ ਤੁਹਾਡਾ, ਕੋਈ ਸੰਘਰਸ਼? ਸਾਡਾ ਪਿੰਡ ਜੀ ਪਹਿਲਾਂ, ਇਹਦਾ ਜਿਹੜਾ ਪਿਛੋਕੜ ਆ ਜੀ, ਪਹਿਲਾਂ ਤੋਂ ਵੀ ਇਹ ਸੰਘਰਸ਼ਮਈ ਰਿਹਾ ਜੀ। ਜਦੋਂ ਅੰਗਰੇਜ਼ ਜਾਂਦੇ ਰਹੇ ਸੀ ਤੇ ਉਸ ਤੋਂ ਬਾਅਦ ਜਿਹੜਾ ਰਾਜਿਆਂ ਦਾ ਰਾਜ ਫਿਰ ਵੀ ਹਜੇ ਕਾਇਮ ਸੀਗਾ ਜੀ, ਤੇ ਰਜਵਾੜਾ ਸ਼ਾਹੀ ਦੇ ਖਿਲਾਫ ਸਾਡੇ ਪਿੰਡ ਦੇ ਵਿੱਚੋਂ ਪਰਜਾ ਮੰਡਲ ਲਹਿਰ ਚੱਲੀ ਸੀ ਜੀ। ਉਹ ਲਹਿਰ ਨੇ ਰਾਜਿਆਂ ਤੋਂ ਰਾਜ ਖੋ ਕੇ ਫਿਰ ਜਨਤਾ ਦੇ ਮਤਲਬ ਵਿੱਚ ਜਨਤਾ ਨੂੰ ਮਿਲਿਆ ਜੀ। ਹੁਣ ਲੋਕਤੰਤਰ ਹੋ ਰਿਹਾ, ਉਸ ਤੋਂ ਪਹਿਲਾਂ ਰਜਵਾੜਾ ਸ਼ਾਹੀ ਨੇ ਦਾ ਕਬਜ਼ਾ ਕੀਤਾ ਸੀ, ਉੱਥੇ ਰਾਜੇ ਦੀ ਗੱਦੀ ਤੇ ਫਰੀਦਕੋਟ ਜਾਂ ਹੋਰ ਜਿੱਥੇ ਸੀਗੇ ਉੱਥੇ ਬਹਿ ਕੇ ਵੀ ਆਏ ਇਹ ਗੱਦੀ ਦੇ ਉੱਤੇ ਵੀ, ਸਾਡੇ ਪਿੰਡ ਦੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜੀ। ਹਾਂਜੀ ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ ਇਹੀ ਹੈ ਵੀ ਅਸੀਂ ਸੰਘਰਸ਼ ਜਿਹੜਾ ਭਾਰਤ ਸਰਕਾਰ ਦੇ ਖਿਲਾਫ ਜ਼ੋਰ ਨਾਲ ਲੜਾਂਗੇ। ਸਾਡਾ ਸਭ ਕਿਸਾਨਾਂ ਦਾ ਇੱਕ ਹੈ, ਪੰਜਾਬ ਹਰਿਆਣਾ ਜੋ ਵੀ ਸਾਰੇ ਭਾਰਤ ਦੇ ਲੋਕਾਂ ਦਾ, ਕਿਸਾਨਾਂ ਦਾ। ਤੇ ਇੱਥੇ ਜਿਹੜੀਆਂ ਸਹੂਲਤਾਂ ਤੁਹਾਨੂੰ ਸਾਰੀਆਂ ਮਿਲ? ਸਾਨੂੰ ਸਹੂਲਤਾਂ ਬਹੁਤ ਆ ਜੀ, ਮਤਲਬ ਲੋਕਾਂ ਦਾ ਜਿਹੜਾ ਸਾਡਾ ਵੀ ਖਾਣ ਪੀਣ ਦਾ ਪ੍ਰਬੰਧ ਬਹੁਤ ਜ਼ਿਆਦਾ ਕੀਤਾ ਹੋਇਆ ਜੀ। ਇੱਕ ਹੋਰ ਸਹਿਯੋਗ ਕਰ ਰਿਹਾ ਪੰਜਾਬ ਤੇ ਹਰਿਆਣਾ ਵੀ ਕਰ ਰਿਹਾ? ਸਾਰਾ ਭਾਰਤ ਜਿਹੜਾ ਹੈ ਜੀ, ਉਹਦੇ ਕਿਸਾਨ ਆਗੂ ਹੈ ਜੋ ਸਾਰਾ ਉਹ ਸਹਿਯੋਗ ਦੇ ਰਹੇ ਸਾਡੇ। ਤੇ ਜਿਹੜੇ ਇੱਥੇ ਨੈੱਟ ਬੰਦ ਆ, ਉਹਦੀ ਤੁਹਾਨੂੰ ਕੀ ਸਮੱਸਿਆ? ਉਹਦੀ ਹਰ ਵਕਤ ਪ੍ਰੋਬਲਮ ਹੀ ਪ੍ਰੋਬਲਮ ਆ ਜੀ, ਸਾਨੂੰ ਕਿਸੇ ਗੱਲ ਦੀ ਮਤਲਬ ਜਾਣਕਾਰੀ ਘੱਟ ਮਿਲਦੀ ਹੈ, ਗਾਂ ਲੀਡਰਾਂ ਨਾਲ ਪਤਾ ਕਰਕੇ ਫਿਰ ਮਤਲਬ ਜਾਣਕਾਰੀ ਮਿਲਦੀ ਹੈ ਜੀ। ਘਰੇ ਗੱਲਬਾਤ ਹੋ ਜਾਂਦੀ ਹੈ? ਹਾਂ, ਕਾਲ ਤੇ ਸਿੱਧੀ ਹੋ ਜਾਂਦੀ ਹੈ ਜੀ, ਮਾੜੀ ਮੋਟੀ ਜੀ, ਬਹੁਤੀ ਨਹੀਂ। ਠੀਕ ਹੈ, ਹਾਂਜੀ, ਤੁਸੀਂ ਕਹਿਣਾ ਚਾਹੋਗੇ? ਬਾਈ ਇਹੀ ਕਹਿਣਾ ਚਾਹੁੰਦਾ ਕਿਸਾਨ ਵੀਰੋ, ਬੇਨਤੀ ਹੈ ਜੀ, ਵੱਧ ਚੜ ਕੇ ਹਿੱਸਾ ਦਿਓ ਜੀ, ਕਿਸਾਨ ਭਰਾਵਾਂ ਹੱਥ ਮਡਾਓ ਜੀ। ਬਹੁਤ ਜ਼ਿਆਦਾ ਬਹੁਤ ਸਰਦਾ ਦੇ ਨਾਲ ਕਿਸਾਨ ਵੀ ਤੁਰੇ ਵੀ ਆਉਂਦੀ ਆ ਜੀ। ਉੱਥੇ ਅਫਵਾਹਾਂ ਆਮ ਚੱਲਦੀਆਂ ਚੈਨਲਾਂ ਦੇ ਲਈ ਵੀ, ਉੱਥੇ ਕਿਸਾਨਾਂ ਨੂੰ ਕੁੱਟਦੇ ਆ, ਗਲ ਪੈਂਦੇ ਆ ਜਾਂ ਉੱਥੋਂ ਭਜਾਉਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ? ਵੇਖੋ ਇਹੋ ਜੀ ਕੋਈ ਗੱਲ ਨਹੀਂ, ਸਾਨੂੰ 8-10 ਦਿਨ ਇੱਥੇ ਆਇਆ ਨੂੰ ਜੀ, ਕੋਈ ਗੱਲਬਾਤ ਨਹੀਂ, ਨਾ ਭਜਾਉਂਦੇ ਨਾ ਕੁੱਟਦੇ ਆ ਜੀ, ਕੋਈ ਗੱਲਬਾਤ ਨਹੀਂ। ਆ ਝੂਠੀ ਫਹਾੜ ਆਈ ਆ ਜੀ ਸਰਕਾਰ ਨੇ ਜੀ, ਕੋਈ ਗੱਲਬਾਤ ਨਹੀਂ ਹੋਈ ਜੀ। ਤੁਸੀਂ ਕਰਦੇ ਆ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ? ਹਾਂਜੀ ਹਾਂਜੀ, ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਓ ਜੀ, ਆਓ ਸਾਰਾ ਪਰਿਵਾਰ ਇੱਥੇ ਜੀ, ਧੀਆਂ ਭੈਣਾਂ ਮਾਵਾਂ ਸਭ ਇੱਥੇ ਬੈਠੀਆਂ ਜੀ ਆਪਣੀਆਂ। ਇਹ ਮਿੱਟੀ ਦੀ ਮੁੱਠ ਵੀਰ ਆਪਣਾ ਕੁਛ ਨਹੀਂ ਕਰਾਈ ਜੀ, ਆਪਣੇ ਚੁੱਲ੍ਹਿਆਂ ਦੇ ਸਰਕਾਰ ਨੇ ਕਬਜ਼ਾ ਕਰ ਲਿਆ ਜੀ। ਬਿਲਕੁਲ ਬਿਲਕੁਲ, ਬੇਨਤੀ ਸਾਰੇ ਪੰਜਾਬੀਆਂ ਨੂੰ, ਸਾਰਿਆਂ ਨੂੰ, ਰਾਜਸਥਾਨੀ ਹਰਿਆਣਿਆਂ ਨੂੰ ਵੀ ਇੱਥੇ ਵੱਧ ਚੜ ਕੇ ਹਿੱਸਾ ਦਿਓ ਜੀ, ਆਓ। ਹਾਂਜੀ, ਲੋਕਾਂ 'ਚ ਜਿਹੜਾ ਇਸ ਸੰਘਰਸ਼ ਬਾਰੇ ਕਿੰਨਾ ਕੁ ਉਤਸ਼ਾਹ, ਕੋਈ ਢਹਿੰਦੀ ਕਲਾ ਤਾਂ ਨਹੀਂ ਆਈ? ਨਾ ਜੀ, ਲੋਕ ਤਾਂ ਕਹਿੰਦੇ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ ਜੀ। ਲੋਕ ਤਾਂ ਮਤਲਬ ਕਹਿੰਦੇ ਵੀ ਜਦੋਂ ਤੱਕ ਕਾਨੂੰਨ ਇਹ ਰੱਦ ਨਹੀਂ ਹੁੰਦੇ ਗੇ ਜਿਹੜੇ ਬਣਾਤੇ ਜੀ, ਜਿਹੜੇ ਕਿਸਾਨਾਂ ਦੇ ਵਿਰੁੱਧ 3 ਕਾਨੂੰਨ ਬਣਾਏ ਆ ਜੀ, ਉਦੋਂ ਤੱਕ ਅਸੀਂ ਸੰਘਰਸ਼ ਭਲਾਂ ਦੀ, ਸਾਨੂੰ ਇੱਥੇ ਕਿੰਨਾ ਮਰਜ਼ੀ ਟਾਈਮ ਰਹਿਣਾ ਪਵੇ, ਕੋਈ ਲਿਮਿਟ ਨਹੀਂ, ਉਹਨਾਂ ਚਿਰ ਹੀ ਅਸੀਂ ਰਵਾਂਗੇ ਜੀ। ਵਾਰੀ ਨਾਲ ਮਤਲਬ ਤੁਰੇ ਆਉਂਦੇ ਆ ਜੀ, ਤੁਰੇ ਜਾਂਦੇ ਆ ਜੀ, ਅਤੇ ਡਟੇ ਬੈਠੇ ਜੀ ਇੱਥੇ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਿਸਾਨਾਂ ਦੇ ਵਿੱਚ ਭਾਵੇਂ ਉਹ ਲੰਮੇ ਸਮੇਂ ਤੋਂ ਬੈਠੇ ਹੋਏ ਦਿੱਲੀ, ਪਰ ਉਹਨਾਂ ਦੇ ਵਿੱਚ ਕੋਈ ਢਹਿੰਦੀ ਕਲਾ ਨਹੀਂ ਆਈ ਔਰ ਉਹ ਪੂਰੀ ਤਰ੍ਹਾਂ ਵਿਜੇਦਾ ਕਿ ਉਹ ਜਿਹੜਾ ਆਪਣਾ ਸੰਘਰਸ਼ ਜਿੱਤ ਕੇ ਜਾਣਗੇ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਉਹ ਜਿਹੜਾ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਕਰੇ ਅਤੇ ਇਹ ਆਪਣੇ ਪਰਿਵਾਰਾਂ ਵਿੱਚ ਜਾ ਕੇ ਆਪਣਾ ਕੰਮ ਧੰਦਾ ਕਰਨ। ਮੈਂ ਟਿੱਕਰੀ ਬਾਰਡਰ ਤੋਂ ਗੁਰਭੇਜ ਸਿੰਘ ਚੌਹਾਨ, ਵਹਿੰਦੇ ਦਰਿਆ ਚੈਨਲ।